ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਵਾਹਿ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਉੱਤੇ। ਅਤੇ ਕਿੱਥੇ ਆਏ ਹੋਏ ਤੁਸੀਂ? ਅੱਛਾ, ਇਹ ਵੀ ਦੱਸਣਾ ਸੀ, ਮੈਂ ਭੁੱਲ ਗਿਆ, ਮੈਨੂੰ ਪਤਾ ਨਹੀਂ ਲੱਗ ਰਿਹਾ ਸ਼ੁਰੂ ਕਿੱਥੋਂ ਕਰਾਂ। ਅਸੀਂ ਯੂਕੇ ਆਏ ਹੋਏ ਹਾਂ ਜੀ, ਅਤੇ ਅਜੇ ਪਹਿਲਾ ਵਲੌਗ ਤੁਹਾਨੂੰ ਦਿਖਾਇਆ ਜਾ ਰਿਹਾ ਯੂਕੇ ਦਾ। ਅਤੇ ਅੱਜ ਹੁਣ ਅਸੀਂ ਮੈਨਚੈਸਟਰ ਦੇ ਵਿੱਚ ਹਾਂ, ਅਤੇ ਅੱਜ ਹੈਗਾ ਸੰਡੇ, ਅਤੇ ਪ੍ਰੋਗਰਾਮ ਹੈਗਾ ਸਾਡਾ ਬ੍ਰੈਡਫੋਰਡ, ਵੀਰ ਜੀ ਹੋਰੀ ਲੈਣਾ ਹੋਇਆ ਆ, ਅਤੇ ਉਸ ਤੋਂ ਬਾਅਦ ਮੈਨਚੈਸਟਰ ਪ੍ਰੋਗਰਾਮ ਹੈ, ਉਹ ਸਾਰਾ ਤੁਹਾਨੂੰ ਅਪਡੇਟ ਨਾਲ ਦੀ ਨਾਲ ਕਰਦੇ ਰਹਾਂਗੇ। ਇਸੇ ਕਰਕੇ ਆਪਾਂ ਵਲੌਗ ਨਹੀਂ ਬਣਾ ਪਾਏ ਸੀਗੇ, ਕਾਰਨ ਕਰਕੇ ਉਹ ਕਾਰਨ ਤੁਹਾਨੂੰ ਹੁਣੇ ਨਾਲ ਦੀ ਨਾਲ ਆਪਾਂ ਡਿਸਕ੍ਰਾਈਬ ਕਰ ਦੇਣਾ, ਸਾਰਾ ਕੁਝ ਦੱਸ ਦੇਣਾ ਤੁਹਾਨੂੰ। ਗੋਪਰੋ ਗੁਆਚ ਗਿਆ ਸੀਗਾ, ਅਤੇ ਗੋਪਰੋ ਨਵਾਂ ਵੀ ਆ ਗਿਆ, ਇਹ ਨਵੇਂ ਤੋਂ ਸ਼ੂਟ ਕਰ ਰਹੇ ਹਾਂ, ਅਤੇ ਸਾਰੀ ਕਹਾਣੀ ਤੁਹਾਨੂੰ ਨਾਲ ਨਾਲ ਦੱਸੀ ਜਾਏਗੀ। ਚਲੋ ਜੀ, ਇੰਗਲੈਂਡ ਚੱਲਦੇ ਹਾਂ, ਮੈਂ ਕਿਹਾ ਅੱਜ ਇਹਦੇ ਤੋਂ ਸਟਾਰਟ ਕਰਵਾਉਂਦੇ ਹਾਂ ਆਪਾਂ। ਚਲੋ ਜੀ, ਆਓ ਜੀ, ਸਿਮਰਨ ਜੀ ਚਲੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਜੀ, ਲਿਆਓ ਜੀ ਪਾਣੀ। ਸੋ ਬਹਿ ਗਏ ਹਾਂ ਜੀ ਗੱਡੀ 'ਚ, ਅਤੇ ਚਲੋ ਚਲੀਏ ਜੀ। ਵਾਹਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ। ਮੌਸਮ ਅੱਛਾ ਲੱਗ ਰਿਹਾ, ਵਾਹ ਵਾਹ। ਜਿੱਦਣ ਦੇ ਆਏ ਹਾਂ ਧੁੱਪਾਂ 'ਚ ਦੇਖੀ ਆਪਾਂ, ਦੇਖੀ ਸਹੀ ਗੱਲ ਹੈ। ਮੈਂ ਤਾਂ ਕਹਿੰਦਾ ਵੀ ਆਪਾਂ ਜਦੋਂ ਦੀ ਇੰਡੀਆ ਵੀ ਆਏ ਹਾਂ, ਗਰਮੀਆਂ ਨੂੰ ਧੁੱਪੇ ਚਾਹੀਦੀ ਹੈ ਇਸ ਵੇਲੇ ਤਾਂ। ਹੁਣ ਕੱਲ ਨੂੰ ਦੇਖਿਓ ਕੋਹਰਾ ਜਾਂਦਾ, ਸੁੱਕੀ ਠੰਡ, ਕੋਹਰਾ ਜਾਂਦਾ ਸੁੱਕੀ ਠੰਡ ਹੋਣੀ, ਮਤਲਬ ਇਹ ਬਿਮਾਰ ਕਰੇਗੀ, ਬਿਮਾਰ ਕਰਦੀ, ਬਸ ਬਸ ਇਹ ਬਿਮਾਰ ਕਰਦਾ ਜੀ। ਇਹ ਦੇਖਣ ਨੂੰ ਅੱਛੀ ਹੈ, ਦੇਖਣ ਨੂੰ ਅੰਦਰ ਬੈਠੇ ਆਪਾਂ ਬੜੀ ਬਾਹਰ ਸੋਹਣੀ ਲੱਗਦੀ, ਬਾਹਰ ਬਹੁਤ ਮਗਰ ਇਹ ਪ੍ਰੋਬਲਮ ਕਰਦੀ ਹੈ। ਗੁਰੂ ਗੋਬਿੰਦ ਸਿੰਘ ਗੁਰਦੁਆਰਾ ਜੀ, ਆਪਾਂ ਜਾਣਾ ਉਹ ਗੁਰਦੁਆਰੇ ਦੇ ਵਿੱਚ, ਉਹ ਨਿਸ਼ਾਨ ਸਾਹਿਬ ਵਾਲੇ ਸਾਈਨ ਦੀ ਬਣਾਏ ਉਹ ਗੁਰਦੁਆਰਾ ਸਾਹਿਬ, ਉਹ ਲਿਖਿਆ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਰਮ। ਅੱਛਾ, ਲਓ ਜੀ ਪਹੁੰਚ ਗਏ ਹਾਂ ਜੀ। ਪਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਸੋ ਬ੍ਰੈਡਫੋਰਡ ਕਰ ਲਿਆ ਜੀ ਕੀਰਤਨ, ਅਤੇ ਹੁਣ ਅਸੀਂ ਦੁਬਾਰਾ ਚੱਲੇ ਹਾਂ ਮੈਨਚੈਸਟਰ, ਅਤੇ ਉੱਥੇ ਕਰਦੇ ਹਾਂ ਫਿਰ ਦਰਸ਼ਨ ਮੇਲੇ ਦੇ ਗੁਰੂ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਜੀ ਚਲੀਏ। ਵਾਹਿਗੁਰੂ 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 ਵਾਹਿਗੁਰੂ
ਇਹ ਹੈ ਜੀ ਸਾਡੇ ਪ੍ਰਕਾਸ਼ ਸਿੰਘ ਜੀ, ਬਹੁਤ ਪਿਆਰ ਵਾਲੇ, ਬਹੁਤ ਸੇਵਾ ਕਰਦੇ ਆ ਮਹਾਰਾਜ ਦੀ, ਇੰਨੀ ਬੇਅੰਤ ਕਿਰਪਾ, ਕੀਰਤਨ ਪ੍ਰੇਮੀ ਵੀ ਹੈ ਅਤੇ ਸੇਵਾ ਵੀ, ਮਹਾਰਾਜ ਨੇ ਇਹਨਾਂ ਨੂੰ ਬਹੁਤ ਬਖਸ਼ਿਸ਼ ਕੀਤੀਆਂ ਹੋਈਆਂ ਗੁਰੂ ਘਰ ਦੀਆਂ ਵੀ, ਅਤੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਕਿਰਪਾ, ਬਹੁਤ ਸਾਰਾ ਧੰਨਵਾਦ ਭਾਈ ਗਗਨ ਸਿੰਘ ਸਾਹਿਬ, ਬਹੁਤ ਪਿਆਰਾ ਕੀਰਤਨ ਕਰਦੇ ਹਨ, ਜਦੋਂ ਵੀ ਇੱਥੇ ਮੰਚ 'ਚ ਆਉਣ ਜ਼ਰੂਰ ਸਾਡੇ ਕੋਲੋਂ ਦੋ ਕੀਰਤਨ ਕਰਕੇ ਜਾ ਕੇ ਹੱਥ ਜੋੜ ਕੇ, ਬਸ ਦੋ ਹੀ ਕਰਾ ਲੈਣੇ, ਜਦੋਂ ਤੁਸੀਂ ਮੁੰਬਈ ਜਾਂਦੇ ਹੋ, ਜਦੋਂ ਤੁਸੀਂ ਹੋਰ ਸ਼ਹਿਰ ਜਾਂਦੇ ਹੋ, ਅਸੀਂ ਕਦੇ ਕਦੀ ਕਹਿ ਨਹੀਂ ਹੋਏ, ਅਸੀਂ ਇਸੇ ਤੁਹਾਨੂੰ ਦੇਖ ਕੇ ਨਾ ਉੱਥੇ ਇੰਨਾ ਮਨ ਪ੍ਰਸੰਨ ਹੋ ਜਾਂਦਾ, ਤਾਂ ਉਹ ਜਗ੍ਹਾ ਅਸੀਂ ਦੇਖ ਲਈਏ ਜਿਹੜੀ ਤੁਸੀਂ ਲੰਗ ਤੁਸੀਂ ਐਕਸਪਲੇਨ ਕਰਦੇ ਹੋ, ਵੈਰੀ ਨਾਈਸ ਸਰਵਿਸ, ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹੋ ਰਿਹਾ ਮਹਾਰਾਜ? ਮੈਂ ਬਦਾਮ ਖਾ ਰਿਹਾ ਛਿਲਕੇ। ਇਹ ਮਹਾਰਾਜ ਤੁਸੀਂ ਬਦਾਮ ਤਾਂ ਐਂ ਖਾ ਰਹੇ ਹੋ ਜਿੱਦਾਂ ਲੋਹੜੀ ਜੇ ਮੂੰਗਫਲੀ ਖਾਂਦੇ ਹੁੰਦੇ ਲੋਕੀ। ਆਹ ਦੇਖੋ ਬਦਾਮ, ਇਹ ਇਹਨੂੰ ਇਹ ਕੋਈ ਖਾਸ ਬਦਾਮ ਹੈ, ਦੇਖੋ ਇਹਨੂੰ ਕਹਿੰਦੇ ਆ ਕਾਗਜ਼ੀ ਬਦਾਮ। ਵਾਹ ਵਾਹ, ਕਾਗਜ਼ੀ ਇਹ, ਕਿਉਂਕਿ ਇਹਦਾ ਜਿਹੜਾ ਕਵਰ ਹੈ ਨਾ, ਇਹ ਕਵਰ ਕਹਿਣ ਡਿਆ ਢੱਕਣ, ਢੱਕਣ ਵਾਹ ਬਦਾਮ ਕੱਢਿਆ ਅਤੇ ਆਹ ਕਾਗਜ਼ ਜਿਹਾ ਨਾ ਸਾਈਡ 'ਤੇ ਰਹਿ ਗਿਆ। ਆਹ ਦੇਖੋ ਬਦਾਮ, ਲੰਬਾ ਜਿਹਾ ਬਦਾਮ ਹੁੰਦਾ, ਬਹੁਤ ਸਵਾਦ ਵਾ ਇਹ। ਮੈਨੂੰ ਹੁਣ ਪਤਾ ਲੱਗਾ ਵੀ ਕੋਈ ਇੱਦਾਂ ਦੇ ਬਦਾਮ ਵੀ ਹੁੰਦੇ ਆ, ਇਹਨੂੰ ਕਹਿੰਦੇ ਕਾਗਜ਼ੀ ਬਦਾਮ। ਮਹਿੰਗੀ ਲੋਹੜੀ ਮਨਾ ਰਹੇ ਤੁਸੀਂ? ਮਹਿੰਗੀ ਲੋਹੜੀ ਮਨਾ ਰਹੇ, ਮਹਿੰਗੀ ਲੋਹੜੀ ਮਨਾ ਰਹੇ ਹਾਂ, ਤਾਂ ਮੂੰਗਫਲੀਆਂ ਦੇ ਥਾਂ ਬਦਾਮ ਹੀ ਖਾਈ ਜਾਂਦੇ ਹਾਂ ਛਿਲ ਛਿਲ ਕੇ। ਓਹੋ, ਸਾਡੀ ਇੱਕ ਮਿੰਟ ਉੱਪਰ ਕਿਹਦੇ, ਹਾਂ ਸਾਡੀ ਮਹਿੰਗੀ ਲੋਹੜੀ, ਹੈਪੀ ਲੋਹੜੀ ਨਹੀਂ ਮਹਿੰਗੀ ਲੋਹੜੀ। ਵਾਹ ਵਾਹ ਵਾਹ, ਕਾਗਜ਼ੀ ਬਦਾਮ। ਅਤੇ ਹੋਰ ਵੀ ਕੁਝ ਖਾਣਾ ਚਾਹੁੰਦਾ? ਆਹ ਉਹ ਸ਼ਤੂਤ ਸਕਾਏ ਹੋਏ ਡਰਾਈ ਫਰੂਟ ਵਿੱਚ ਹੀ, ਆਹ ਨਾਰਮਲ ਵਾਲੇ ਬਦਾਮ ਆ, ਇਹ ਵੀ ਪਿਸਤਾ ਜਿਹੜਾ ਹੈ, ਹਾਂ ਪਿਸਤਾ ਖਾਸ ਆਈਟਮ ਹੈ ਵੀ, ਸਪੈਸ਼ਲ ਹੈ ਵੀ। ਆਹ ਆਹ ਦਿਖਾਇਆ ਨਹੀਂ, ਸਪੈਸ਼ਲ ਪਿਸਤਾ। ਓ ਵਾਹ ਵਾਹ, ਆਹ ਦੇਖੋ ਖਜੂਰਾਂ, ਇਹ ਪਤਾ ਨਹੀਂ ਕਿਹੜੀ ਫਲਸਤੀਨੀ ਖਜੂਰ, ਫਲਸਤੀਨੀ ਇਹੀ ਹੈ ਨਾ ਭਾਜੀ, ਫਲਸਤੀਨੀ ਖਜੂਰ, ਕਿਹੜਾ ਫਲਸਤੀਨ ਤੋਂ ਆਉਂਦੀ ਹੈ? ਫਲਸਤੀਨ ਇਜ਼ਰਾਈਲ ਦੇ ਨਾਲ। ਵਾਹ ਵਾਹ, ਪਿੰਨੀਆਂ ਨੇ ਮਹਾਰਾਜ, ਪਿੰਨੀਆਂ ਅਲਸੀ ਦੀਆਂ ਜਿਹੜੀਆਂ ਸਰਦੀਆਂ ਚ ਅਸੀਂ ਖਾਂਦੇ ਆ, ਇੱਥੇ ਪੈਕ ਮਿਲਦੀਆਂ। ਵਾਹ ਵਾਹ, ਆ ਕਾਵਾ ਹੈ ਜੀ, ਕਾਬਲੀ ਬਦਾਮ, ਕਾਜੂ, ਪਿਸਤਾ, ਸਹੀ ਹੈ, ਮਹਿੰਗੀ ਗਚਕ, ਮਹਿੰਗੀ ਲੋਹੜੀ ਮਨਾ ਰਹੇ ਹਾਂ ਜੀ। ਚਲੋ ਅੱਛਾ, ਇਹ ਜਲੇਬੀ ਕਿੱਥੋਂ ਆ ਗਈ ਲੋਹੜੀ? ਅਗਲਾ ਦਿਨ ਹੈ ਜੀ, ਨਵੀਂ ਸਵੇਰ ਹੈ, ਅਸੀਂ ਇੰਗਲੈਂਡ ਆਏ ਹੋਏ ਹਾਂ ਜੀ, ਮੈਨਚੈਸਟਰ, ਤੇ ਕੱਲ ਦੇ ਸੀਗੇ ਸਾਡੇ ਤਿੰਨ ਦੀਵਾਨ, ਉਹ ਕਰਕੇ ਤੇ ਅਸੀਂ ਥੱਕ ਗਏ ਸੀਗੇ ਤੇ ਵਲੋਗ ਵਿੱਚ ਹੀ ਸਾਡਾ ਰਹਿ ਗਿਆ ਸੀਗਾ, ਤੇ ਉੱਥੋਂ ਹੀ ਕੰਟੀਨਿਊ ਆਪਾਂ ਕਰਦੇ ਹਾਂ, ਅਤੇ ਅਸੀਂ ਅੱਜ ਜਾ ਰਹੇ ਹਾਂ ਜੀ ਕੁਛ ਘੁੰਮਣ ਫਿਰਨ ਲਈ, ਥੋੜ੍ਹੀ ਬਹੁਤੀ ਸ਼ੋਪਿੰਗ ਦੇਖਾਂਗੇ। ਸੋ ਜੀ ਚੱਲੇ ਹਾਂ ਜੀ, ਆਪਾਂ ਅੱਜ ਧੁੱਪ ਨਿਕਲੀ ਹੋਈ ਹੈ ਅੱਛੀ ਖਾਸੀ, ਹਾਲਾਂਕਿ ਅੱਜ ਦਾ ਜਿਹੜਾ ਵੈਦਰ ਹੈਗਾ ਉਹ -1 ਹੈ ਇੱਥੇ, -1 ਚੱਲਦਾ ਵਾ, -1 ਚੱਲ ਰਿਹਾ, ਪਰ ਜਦੋਂ ਹਵਾ ਚੱਲਦੀ ਹੈ ਨਾ ਫਿਰ ਫਿਰ ਪਤਾ ਲੱਗਦਾ ਕਿ ਅੱਜ -1 ਹੈ, ਅਤੇ ਅਦਰਵਾਈਜ਼ ਇੰਨਾ ਮਹਿਸੂਸ ਨਹੀਂ ਹੁੰਦਾ, ਅਤੇ ਉਹਦਾ ਧੁੱਪ ਥੋੜ੍ਹੀ ਜਿਹੀ ਹੈਲਪ ਕਰਦੀ ਹੈ, ਪਰ ਕਹਿੰਦੇ ਵੀ ਇਹ ਧੁੱਪ ਜਿਹੜੀ ਹੈ ਨਾ ਇਹ ਹੋਰ ਠੰਡ ਲੈ ਕੇ ਆਉਂਦੀ ਹੈ ਜਿਹੜੀ ਇੱਥੇ ਦੀ ਧੁੱਪ, ਇੱਥੇ ਖਰਾਬ ਕਰਦੀ ਧੁੱਪ, ਜੇ ਹੁਣ ਆ ਰਹੀ ਇਹਨਾਂ ਦੇ ਅਗਲੇ ਦਿਨ ਹੋਰ ਜ਼ਿਆਦਾ ਠੰਡ ਹੋਣੀ, ਕੱਲ੍ਹ ਵੀ ਧੁੱਪ ਨਿਕਲੀ ਸੀਗੀ ਧੁੱਪ, ਅੱਜ -1 ਤੇ ਚੱਲ ਗਿਆ, ਹੁਣ ਅੱਜ ਨਿਕਲੀ ਤਾਂ ਹੋਰ -1 ਜਾਊਗਾ। ਹਾਂ ਤੇ ਚਲੋ, ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਆ ਜਾ, ਠੰਡ ਬਹੁਤ ਹੈ, ਨਹੀਂ ਇੱਥੇ ਨਹੀਂ ਆਉਣਾ, ਉੱਥੇ ਰਹਿ, ਬੜੀ ਕਿਊਟ ਹੈ। ਹਾਂ ਸਹੀ ਗੱਲ ਹੈ।
ਮੈਨੂੰ ਕੁਛ ਨਹੀਂ ਨਜ਼ਰ ਆ ਰਿਹਾ ਵਲੌਗ ਕੀ ਬਣ ਰਿਹਾ, ਲਾਈਟ ਇੰਨੀ ਜ਼ਿਆਦਾ ਆ ਰਹੀ। ਚਲੋ ਜੀ ਨਿਕਲ ਪਏ ਹੋਏ ਹਾਂ ਜੀ ਅਸੀਂ, ਅਤੇ ਠੰਡ ਬਹੁਤ ਹੀ ਜ਼ਿਆਦਾ ਹੋਈ ਪਈ ਹੈ, ਅਤੇ ਬਾਕੀ ਮਹਾਰਾਜ ਸੁੱਖ ਰੱਖਣ, ਦੇਖਦੇ ਹਾਂ ਸ਼ੋਪਿੰਗ ਆ ਕਰਦੇ। ਲਓ ਜੀ ਅਸੀਂ ਆਏ ਹਾਂ ਕੈਸ਼ ਐਂਡ ਕੈਰੀ, ਇਹ ਆ ਜੀ ਜਿੱਦਾਂ ਹੁੰਦਾ ਨਾ ਜਨਰਲ ਸਟੋਰ ਟਾਈਪ ਦਾ, ਹੋਲਸੇਲ ਹੁੰਦਾ ਪਰ, ਅਤੇ ਆਹ ਦੇਖੋ ਤੁਸੀਂ ਸਾਰੇ ਸਮਾਨ ਵਗੈਰਾ, ਦਾਲਾਂ ਦੂਲਾਂ ਮਸਾਲੇ, ਇਹ ਆ ਵੀ ਸਾਰੀ ਪੈਕਿੰਗ ਇਕੱਠੀ ਕੀਤੀ ਹੋਈ ਸਾਰੀਆਂ। ਲਓ ਜੀ ਸਾਡੀ ਸ਼ੋਪਿੰਗ ਹੋ ਗਈ, ਭਾਂਡੇ ਬਰਤਨ ਨਾਲ ਲੈ ਲਏ ਸਾਰਾ ਕੁਝ। ਹਾਂਜੀ ਮਹਾਰਾਜ, ਮਾਰਕ ਐਂਡ ਸਪੈਂਸਰ ਆਏ ਹਾਂ, ਇੱਥੇ ਸ਼ੋਪਿੰਗ ਕਰਾਂਗੇ। ਵਾਹ ਪਸੰਦ ਆਇਆ ਕੁਛ ਅਮਨਜੋਤ ਸਿੰਘ ਨੂੰ? ਇੱਕ ਤਾਂ ਉਹਦਾ ਵੀ ਇੱਦਾਂ ਦਾ ਵੀ ਦਿਲ ਕਰਦਾ ਲੰਬੀ ਕੁਛ ਲੈਣ ਨੂੰ, ਜਿਹੜਾ ਇੱਦਾਂ ਦੀ ਜਿਹੜੀ ਲੈਣ ਬਹੁਤ ਹੀ ਲੰਬੀ ਜਿਹੜੀ, ਉਹ ਡਬਲ ਹੈ, ਉਹ ਗੋਡਿਆਂ ਤੱਕ ਵਾਲੀ ਹੈ, ਉਹ ਡਬਲ ਹੈ, ਰਿਵਰਸੇਬਲ ਹੈ, ਜਿਹੜੀ ਅੰਦਰੋਂ ਕੁਛ ਹੋ ਰਿਹਾ ਬਾਹਰੋਂ ਕੁਛ ਹੋ ਰਿਹਾ ਕਾਫੀ ਤਾਂ ਬਣ ਰਿਹਾ। ਉਹ ਬਹੁਤ ਲੰਬੀ ਹੈ, ਇੰਨੀ ਕੰਮ ਘੱਟ ਆਉਂਦੀ ਹੁੰਦੀ ਹੈ ਮਹੀਨੇ ਕੁ ਵਾਸਤੇ, ਠੀਕ ਹੈ। ਸਿੰਮੀ ਬੋਲੀ ਜਾ ਯਾਰ ਕੁਛ, ਭਾਜੀ ਕਹਿੰਦੇ ਕੁਛ ਬੋਲੀ ਜਾ। ਮੈਂ ਬੋਲੀ ਜਾਂਦਾ, ਸੋ ਅਸੀਂ ਆਏ ਹਾਂ ਘੁੰਮਣ, ਇਹ ਕਿਹੜਾ ਆਪਣਾ ਸ਼ੋਪਿੰਗ ਮਾਲ ਚ ਆਏ ਹਾਂ, ਮੈਂ ਕਿਹਾ ਬੋਲੀ ਜਾ ਬਸ। ਹਾਂ ਬੋਲੀ ਜਾ। ਸੋ ਮੈਨੂੰ ਨਾਂ ਨਹੀਂ ਪਤਾ ਇੱਥੇ ਕਿੱਥੇ ਆਏ ਆਪਾਂ, ਮੈਨਚੈਸਟਰ ਆਂਡੇਲ ਮਾਲ ਚ ਆਏ ਹਾਂ ਘੁੰਮਣ ਫਿਰਨ। ਆ ਸਾਹਮਣੇ ਆ ਗਿਆ ਬੋਸ, ਇੱਥੇ ਕੈਨੇਡਾ ਗੂਜ਼ ਬਹੁਤ ਬੜਾ ਬ੍ਰਾਂਡ ਹੈਗਾ ਇੱਥੇ, ਮਾਈਕਲ ਕੋਰਸ, ਬੋਸ, ਪੋਲੋ ਸਾਰੇ ਆ। ਵਾਹ ਕੀ ਬਾਤ ਹੈ ਜੀ, ਵਾਹ ਓਹ ਦੇਖੋ ਕਿੰਨੀ ਵਧੀਆ ਬਿਲਡਿੰਗ। ਹਾਂਜੀ ਭਾਜੀ ਫੜੋ ਵੀ ਜਿਹਨਾਂ ਫੜ ਲਓ ਉੜਨਾ ਜਾਣ ਕਿੱਥੇ। ਜੀ ਪੂਰੇ ਡਾਊਨ ਟਾਊਨ ਦੇ ਵਿੱਚ ਆਪਾਂ ਮੈਨਚੈਸਟਰ ਦੇ, ਗੱਲ ਹੀ ਨਹੀਂ ਆ ਰਹੀ, ਬਸ ਠੰਡ ਬਹੁਤ ਹੈ, ਤੁਰੇ ਜਾ ਰਹੇ ਹਾਂ ਘੁੰਮ ਰਹੇ ਹਾਂ। ਬੜੇ ਮਾੜੇ ਲੱਦੇ ਪਏ ਹਾਂ, ਸਮਾਨ ਲਿਆ ਥੋੜ੍ਹਾ ਜਿਹਾ ਜੀ, ਥੋੜੇ ਥੋੜੇ ਅਸੀਂ ਵੀ ਲੱਦੇ ਪਏ ਹਾਂ, ਇੱਧਰ ਥੋੜੇ ਜ਼ਿਆਦਾ ਲੱਦੇ ਹਾਂ, ਠੀਕ ਹੈ ਨਾ। ਆਹੋ ਮਹਾਰਾਜ ਆਏ ਹਾਂ ਫਿਰ, ਚੀਪ ਐਂਡ ਬੈਸਟ। ਹਾਂ ਲਓ ਜੀ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ, ਮਗਰ ਫਿਰ ਵੀ ਵਧੀਆ ਲੱਗ ਰਿਹਾ ਨਾ। ਸੋਰੀ ਐਕਚੁਅਲੀ ਵੀ ਆਰ ਗੈਟਿੰਗ ਲੇਟ, ਆਈਲ ਮੇਕ ਇਟ ਕੰਫਰਟੇਬਲ। ਨੋ ਸੋਰੀ, ਥੈਂਕ ਯੂ ਸਰ। ਕਿੰਦਾ ਐਵੇਂ ਕੁਝ ਮਨਾਉਣ ਡਿਆ ਹੈਗਾ ਕੁਝ, ਅਸੀਂ ਨਹੀਂ ਮੰਨਦੇਗਾ। ਅਮਨਜੋਤ ਸਿੰਘ ਜੀ ਮਹਾਰਾਜ, ਇੱਕ ਗੱਲ ਨੋਟਿਸ ਕਰੋ ਬਾਬਾ ਜੀ, ਕੀ ਜੀ, ਇਹ ਰਾਤ ਦਾ ਵੇਲਾ ਹੈ, ਹਾਂਜੀ, ਇਸ ਟਾਈਮ ਦੂਜਾ ਹੁੰਦਾ ਨਾ ਗੋਪਰੋ, ਹਾਂਜੀ, ਉਹ ਹਨੇਰਾ ਪਾ ਦੇਣਾ ਸੀਗਾ। ਹਾਂ ਲਾਈਟ ਮੋਰ ਠੀਕ ਲੱਗ ਰਹੀ ਯਾਰ, ਹਾਂ ਠੀਕ ਲੱਗ ਰਿਹਾ, ਹੈ ਕਲੀਅਰ ਆ ਰਿਹਾ ਹੋਇਆ ਬਾਬਾ ਜੀ, ਕੰਮ ਹੋਇਆ। ਥੈਂਕ ਯੂ ਗੋਪਰੋ ਜੀ, ਤੁਸੀਂ ਬਹੁਤ ਕੰਮ ਅੱਛਾ ਕੀਤਾ। ਆਹ ਦੇਖ ਕਿੰਨੀ ਅੱਛੀ ਲਾਈਟ ਹੈ ਯਾਰ, ਇੱਥੇ ਹਨੇਰਾ ਪੈ ਜਾਂਦਾ ਤਾਂ ਅਸੀਂ ਪਹਿਲਾਂ। ਇਹ ਕੀ ਬਣਾ ਰਿਹਾ? ਕਾਫੀ ਇਹ ਬਿਜ਼ੀ ਸ਼ਹਿਰ ਹੈ ਮੈਨਚੈਸਟਰ, ਅਤੇ ਉਹਦੇ ਵੀ ਆਪਾਂ ਸੈਂਟਰ ਵਿੱਚ ਆਏ ਹਾਂ। ਕਿੰਨੀ ਆ ਟਮਾਟਰ ਦੇ? ਲਓ ਜੀ ਸ਼ੋਪਿੰਗਾਂ ਹੋਈਆਂ ਪਈਆਂ ਇੱਧਰ। ਚਲੋ ਜੀ ਹੋ ਗਈ ਸਾਡੀ ਸ਼ੋਪਿੰਗ, ਹੁਣ ਆਪਾਂ ਚੱਲਦੇ ਹਾਂ ਅੱਗੇ, ਅਤੇ ਬਾਕੀ ਦੀ ਅਪਡੇਟਾਂ ਵੀ ਦਿੰਦੇ ਹਾਂ ਤੁਹਾਨੂੰ। ਚਲੋ ਜੀ।
ਚਲੋ ਜੀ ਪਹੁੰਚ ਗਏ ਹਾਂ ਜੀ ਆਪਾਂ ਘਰ।